ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਲਾਈਵ ਹੋਏ ਆ ਮਨੁੱਖਤਾ ਦੀ ਸੇਵਾ ਸੁਸਾਇਟੀ ਤੋਂ, ਸਾਡੀ ਸਾਰੀ ਟੀਮ ਖੜੀ ਹੈ ਜੀ। ਮੈਂ ਗੁਰਪ੍ਰੀਤ ਸਿੰਘ, ਇਹ ਵੀਰ ਜੀ ਹੁਣੀ ਖੜੇ ਨੇ ਜਿਹੜੇ ਅੰਕਲ ਜੀ ਆ, ਤੇ ਇਹ ਵੀਰ ਆ ਮਿੰਟੂ, ਇਹਦਾ ਨਾਂ ਇਸ ਵੀਰ ਦਾ, ਇਹ ਬਿੰਦਰ ਵੀਰ ਦਾ ਬੇਟਾ ਵਾ ਜੀ ਇਹ, ਤੇ ਇਹ ਵੀਰ ਜੀ ਤੁਹਾਡਾ ਕੀ ਨਾਮ? ਕੋਈ ਗੱਲ ਨੀ ਜੀ, ਕੋਈ ਗੱਲ ਨੀ, ਕੋਈ ਗੱਲ ਨੀ, ਲੈ ਲੈਂਦੇ ਜੀ। ਕੋਈ ਗੱਲ ਨੀ, ਤੁਹਾਡਾ ਕੀ? ਵਿਜੇਪਾਲ ਆ ਜੀ, ਇਹਨਾਂ ਦਾ ਇਹ ਭਰਾ ਵਾ ਜੀ ਬਿੰਦਰ ਵੀਰ ਦਾ, ਤੇ ਇਹ ਵੀਰ ਦਾ ਨਾਮ ਮਿੰਟੂ ਆ ਜੀ, ਮਨਦੀਪ ਸਿੰਘ, ਇਹ ਬੇਟਾ ਇਹਨਾਂ ਦਾ ਬਿੰਦਰ ਵੀਰ ਦਾ। ਬਚਪਨ ਤੋਂ ਹੀ ਇਹਨਾਂ ਦੇ ਹੱਥਾਂ ਚ ਖੇਡੇ ਪਲੇ ਹੋਏ ਆ ਇਹ ਬਿੰਦਰ ਹੁਣੀ, ਤੇ ਇਹ ਵੀਰ ਵੀ ਇਹਨਾਂ ਦੇ ਉੱਥੋਂ ਮਹੱਲੇ ਤੋਂ ਹੀ ਪਿੱਛੇ ਖੜੇ। ਕੀ ਨਾਂ ਤੁਹਾਡਾ ਜੀ? ਸੋਨੂ ਜੀ। ਤੇ ਇਹਨਾਂ ਦੇ ਅੱਜ ਪਰਾਲੇ ਸਦਕਾ ਇਹ ਵੀਰ ਅੱਜ ਘਰੇ ਪਹੁੰਚਣ ਲਈ ਤਿਆਰ ਆ ਜੀ। ਮਹਾਰਾਜ ਨੇ ਬੜੀ ਕਿਰਪਾ ਕਰੀ ਹੈ, ਜਿਹੜੇ ਵੀਰਾਂ ਭੈਣਾਂ ਨੇ ਸਾਡੀਆਂ ਪੋਸਟਾਂ ਨੂੰ ਸ਼ੇਅਰ ਕੀਤਾ ਇੰਨਾ ਜ਼ਿਆਦਾ, ਜਾਂ ਇਹਨਾਂ ਪੋਸਟਾਂ ਨੂੰ ਇੰਨਾ ਜ਼ਿਆਦਾ ਲਾਈਕ ਕੀਤਾ, ਜਿਹੜਾ ਇਹ ਪਰਿਵਾਰ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਹੋਈਆਂ ਪੋਸਟਾਂ ਸਾਡੀਆਂ। ਕੱਲ ਸਾਨੂੰ ਸ਼ਾਮ ਨੂੰ ਸਾਨੂੰ ਫੋਨ ਆਇਆ ਸੀਗਾ ਇੱਕ ਬੰਦੇ ਦਾ ਜੀ, ਵੀਰ ਦਾ, ਉਹਨੇ ਪਛਾਣ ਲਿਆ, ਬਾਹਰ ਸੀਗੇ ਉਹ ਕਿਤੇ ਕੈਨੇਡਾ ਦੇ ਵਿੱਚ, ਤਾਂ ਉਹਨਾਂ ਨੇ ਦੱਸਿਆ ਵੀ ਇਹ ਵੀਰ ਬਿੰਦਰ ਆ ਜੀ, ਦਾ ਨਾਂ ਵੀ ਇਹ ਤਰਨ ਤਾਰਨ ਏਰੀਏ ਦੇ ਤੋਂ ਨੂਰਾਂ ਦੀ ਅੱਡਾ, ਨੂਰ ਦੀ ਅੱਡਾ ਮਹੱਲਾ ਵਾ, ਉੱਥੋਂ ਆ ਵੀਰੇ, ਉਹਨਾਂ ਨੇ ਪਛਾਣ ਲਿਆ ਸੀ। ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਕੋਈ ਨਾ ਜੀ ਪੈ ਲੈਂਦਾ ਕੋਈ, ਤੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਹੋਈ। ਕੱਲ ਇਹਨਾਂ ਦੇ ਤਾਇਆ ਜੀ ਦਾ ਬੇਟਾ, ਉਹਦੇ ਨਾਲ ਗੱਲ ਹੋਈ, ਫਿਰ ਰਾਤ ਇਹਨਾਂ ਦੇ ਬੇਟੇ ਨਾਲ ਵੀ ਗੱਲ ਹੋਈ, ਬ੍ਰਦਰ ਨਾਲ ਵੀ, ਤੇ ਬੜੀ ਮਹਾਰਾਜ ਨੇ ਕਿਰਪਾ ਕਰੀ ਆ ਸੱਚੇ ਪਾਤਸ਼ਾਹ ਨੇ, ਤੇ ਹੁਣ ਇਹ ਸਾਡੇ ਕੋਲੇ ਪਹੁੰਚੇ ਆ ਵੀਰ ਲੈ ਕੇ ਆਪਣੇ ਪਰਿਵਾਰ ਨੂੰ ਲੈਣ ਇਹਨਾਂ ਨੂੰ, ਤੇ ਸਾਡੇ ਸੰਸਥਾ ਦੇ ਉੱਤੇ ਅਸੀਂ ਖੜੇ ਆ ਇਸ ਟਾਈਮ, ਬੜੀ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਵੀ, ਜਿਹਦੇ ਕਰਕੇ ਬਿੰਦਰ ਵੀਰ ਦਾ ਪਰਿਵਾਰ ਲੱਭ ਗਿਆ, ਜਿਹੜਾ ਕਿ ਕੱਲ ਤੱਕ ਸਾਡੇ ਲਈ ਇਹ ਲਵਾਰਸ ਸੀ, ਸਾਡੇ ਲਈ ਅਨੋਨ ਵੀਰ ਸੀਗਾ, ਪਤਾ ਨਹੀਂ ਸੀ ਕੌਣ ਆ ਕਿੱਥੋਂ ਆਇਆ ਵੀਰ, ਪਰ ਅੱਜ ਇਸ ਵੀਰ ਦਾ ਪਰਿਵਾਰ ਬਾਰੇ ਪਤਾ ਲੱਗ ਗਿਆ। ਇਹ ਤਰਨ ਤਾਰਨ ਤੋਂ ਆ ਵੀਰ, ਇਹ ਦੱਸਦੇ ਆ ਵੀਰ ਦੀ ਕਰਿਆਨੇ ਦੀ ਦੁਕਾਨ ਹੁੰਦੀ ਸੀਗੀ ਪਹਿਲਾਂ, ਤੇ ਜਿਹੜੀ ਕਿ ਪੂਰੀ ਬਹੁਤ ਵਧੀਆ ਦੁਕਾਨ ਚੱਲਦੀ ਸੀਗੀ, ਬੜਾ ਮਿਹਨਤੀ ਵੀਰ ਸੀਗਾ। ਆਹ ਪੁਰਾਣੀ ਫੋਟੋ ਆ ਵੀਰ ਦੀ ਇੱਕ, ਤੇ ਇਹਨਾਂ ਨੇ ਦਿਖਾਈ ਦੱਸੀ ਹੈ, ਦਿਖਾਈ ਆ ਕੇ ਤੁਹਾਨੂੰ, ਆਹ ਸ਼ਨਾਖਤ ਆਈ ਡੀ ਕਾਰਡ ਆ ਜੀ ਬਾਈ ਦਾ, ਸ਼ਨਾਖਤੀ ਕਾਰਡ ਇਹਨਾਂ ਦਾ, ਤੇ ਇਹ ਕਰਿਆਨੇ ਦੀ ਦੁਕਾਨ ਜੇ ਲਾਉਂਦੇ ਸੀ, ਟੂਟੀ ਦੇ ਸਾਹਮਣੇ ਦੁਕਾਨ ਸੀ ਇਹਦੀ, ਨੂਰ ਦੀ ਅੱਡਾ, ਟੈਂਕੀ ਦੇ ਸਾਹਮਣੇ, ਟੈਂਕੀ ਦੇ ਸਾਹਮਣੇ, ਪਾਣੀ ਵਾਲੀ ਦੇ ਸਾਹਮਣੇ, ਨੂਰ ਦੀ ਅੱਡਾ ਦੇ ਵਿੱਚ ਇਹਨਾਂ ਦੀ ਦੁਕਾਨ ਸੀਗੀ, ਤੇ ਬੜਾ ਵਧੀਆ ਕਰਿਆਨੇ ਦੀ ਵੱਡੀ ਦੁਕਾਨ ਚਲਾਉਂਦੇ, ਹੋਲਸੇਲ ਦਾ ਕੰਮ ਸੀਗਾ, ਪਰ ਕੁਦਰਤ ਮਹਾਰਾਜ ਦੀ ਕਿਰਪਾ, ਪਤਾ ਨੀ ਕੀ ਕਰੋਪੀ ਇਸ ਵੀਰ ਤੇ ਆਈ, ਕੁਛ ਇਹ ਵੀਰ ਦੱਸਦੇ ਆ ਵੀ ਹਾਲਾਤ ਏਦਾਂ ਦੇ ਪੈਦਾ ਹੋ ਗਏ ਵੀ ਦੁਕਾਨ ਛੱਡਣੀ ਪਈ ਇਹਨਾਂ ਨੂੰ, ਤੇ ਤਕਰੀਬਨ 2001 ਤੋਂ ਲੈ ਕੇ ਹੁਣ ਤੱਕ ਇਹ ਵੀਰ ਹੌਲੀ ਹੌਲੀ ਡਾਊਨਫਾਲ ਹੀ ਹੁੰਦਾ ਗਿਆ। ਬੱਚੇ ਇਹਨਾਂ ਦੇ ਬਹੁਤ ਵਧੀਆ ਲਾਇਕ ਨੇ, ਪੜ੍ਹੇ ਲਿਖੇ ਨੇ, ਇਹ ਬੇਟਾ ਇਹਨਾਂ ਦਾ ਜਿਹੜਾ ਮਨਦੀਪ, ਇਹ ਪਲੱਸ ਟੂ ਕੀਤੀ, ਆਈਲੈਟਸ ਕੀਤੀ ਹੋਈ ਆ ਵੀਰ ਨੇ, ਇਹਨਾਂ ਦੀ ਬੇਟੀ ਆ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੜ੍ਹਦੇ ਆ ਜੀ ਉੱਥੇ, ਯਾਨੀ ਕਿ ਪਰਿਵਾਰ ਪੂਰਾ ਵਧੀਆ, ਪਰ ਬੜੀ ਕੋਸ਼ਿਸ਼ ਕੀਤੀ ਇਲਾਜ ਦੀ ਵੀ, ਇਹ ਦੱਸਦੇ ਆ ਵੀਰ, ਪਰ ਇਲਾਜ ਨਹੀਂ ਹੋ ਸਕਿਆ ਪ੍ਰੋਪਰ, ਕਰਵਾ ਨਹੀਂ ਸਕੇ, ਤੇ ਅੱਗੇ ਵੀ ਅਕਸਰ ਘਰੋਂ ਭੱਜ ਜਾਂਦੇ ਆ, 3-4 ਵਾਰ ਇਹ ਫੜ ਕੇ ਲੈ ਕੇ ਆਏ ਆ, ਪਤਾ ਲੱਗਿਆ ਤਾਂ ਲੈ ਆਉਂਦੇ ਸੀਗੇ, ਹੁਸ਼ਿਆਰਪੁਰ ਤੋਂ ਇੱਕ ਵਾਰ ਲੈ ਕੇ ਆਏ ਜੀ, ਇੱਕ ਵਾਰ ਹੁਸ਼ਿਆਰਪੁਰ ਤੋਂ, ਇੱਕ ਵਾਰ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ, ਦੂਜੀ ਵਾਰ ਗੁਰਦਾਸਪੁਰ ਤੋਂ, ਇੱਕ ਵਾਰ ਗੁਰਦਾਸਪੁਰ ਤੋਂ, ਇੱਕ ਵਾਰ ਸ੍ਰੀ ਹਰਗੋਬਿੰਦਪੁਰਾ ਸਾਹਿਬ ਤੋਂ, ਇੱਕ ਵਾਰ ਹੁਸ਼ਿਆਰਪੁਰ ਸਾਹਿਬ ਤੋਂ, ਹੁਸ਼ਿਆਰਪੁਰ ਤੋਂ ਸੋਰੀ ਲੈ ਕੇ ਆਏ, ਤੇ ਯਾਨੀ ਕਿ ਆਇਕਤੀ ਜਲੰਧਰ ਏਰੀਏ ਤੋਂ ਮਿਲਿਆ ਵੀਰ, ਜਲੰਧਰ ਸਟੇਸ਼ਨ ਦੇ ਬਾਹਰ, ਜਿਵੇਂ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਦਿੱਤੀ ਸੀ ਵੀ ਉੱਥੋਂ ਸਾਡੇ ਕੋਲੇ ਪਹੁੰਚਦਾ ਹੋਇਆ, ਸਾਡੇ ਕੋਲੇ ਉੱਥੇ ਇੱਕ ਭੈਣ ਸੀਗੀ ਜਿਹਨੇ ਸਾਨੂੰ ਦੱਸਿਆ, ਉਹਨੇ ਆਪਣਾ ਨਾਮ ਨੀ ਦੱਸਿਆ, ਉਹ ਆਪਣਾ ਨਾਮ ਨੀ ਸਾਹਮਣੇ ਲਿਆਉਣਾ ਚਾਹੁੰਦੇ ਸੀਗੇ, ਉਹਨਾਂ ਨੇ ਦੱਸਿਆ ਵੀ ਇਹਨਾਂ ਇਹ ਏਦਾਂ ਦੀ ਹਾਲਤ ਦੇ ਵਿੱਚ ਇੱਕ ਬਜ਼ੁਰਗ ਉੱਥੇ ਪਏ ਨੇ, ਤਾਂ ਅਸੀਂ ਆਪਣੇ ਟੀਮ ਦੇ ਮੈਂਬਰ ਉੱਥੇ, ਸਾਡੇ ਮਹਿਰਾ ਸਾਹਿਬ ਨੇ, ਅਸ਼ੋਕ ਮਹਿਰਾ ਜੀ ਗੁਰਾਇਆਂ ਤੋਂ, ਵਾੜੇ ਤੋਂ, ਅਸੀਂ ਉਹਨਾਂ ਨੂੰ ਫੋਨ ਕੀਤਾ, ਉਹਨਾਂ ਨੇ ਆਪਣੀ ਟੀਮ ਦੇ ਮੈਂਬਰ ਭੇਜੇ, ਹੋਰ ਵਿਨੇ ਜੀ, ਦਮਨ ਜੀ ਉੱਥੇ ਪਹੁੰਚੇ, ਤਾਂ ਉਹਨਾਂ ਨੇ ਉਹਨਾਂ ਦੇ ਉਪਰਾਲੇ ਸਦਕਾ ਇਹ ਪਰਸੋਂ ਰਾਤ ਨੂੰ 11:30 ਦੇ ਕਰੀਬ ਰਾਤ ਨੂੰ ਸਾਡੇ ਕੋਲੇ ਪਹੁੰਚੇ ਵੀਰ ਨੂੰ ਲੈ ਕੇ ਉਹ, ਤੇ ਫਿਰ ਇਸ਼ਨਾਨ ਕਰਾਇਆ, ਪੈਰ ਤੁਸੀਂ ਹਾਲਾਤ ਦੇਖੇ ਸੀ ਕਿੰਨੇ ਮਾੜੇ ਸੀ ਪੈਰ ਦੇ ਹਾਲਾਤ, ਤੇ ਕੱਲ ਹੋਸਪਿਟਲ ਦਾ ਵੀ ਅਸੀਂ ਵੀਡੀਓ ਪਾਇਆ ਸੀ ਲਾਈਵ, ਕਿੱਦਾਂ ਇਹਨਾਂ ਦਾ ਇਲਾਜ ਹੋਇਆ, ਕਿਵੇਂ ਪੈਰ ਨੂੰ ਸਾਫ਼ ਕੀਤਾ, ਬਹੁਤ ਜ਼ਿਆਦਾ ਮਾੜੀ ਹਾਲਤ ਸੀਗਾ, ਤੇ ਅੱਜ ਹੋਰ ਵੀ ਪੈਰ ਠੀਕ ਹੋ ਜਾਣਾ ਸੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਹੁਣ ਹੋਸਪਿਟਲ ਜਾਣਾ ਸੀ ਟੈਸਟ, ਇਹਨਾਂ ਨੇ ਰਿਪੋਰਟਾਂ ਵਗੈਰਾ ਕੱਲ ਟੈਸਟ ਕਰਵਾਏ ਸਾਰੇ, ਅੱਜ ਆਉਣੀਆਂ ਸੀਗੀਆਂ, ਤੇ ਉਸ ਤੋਂ ਪਹਿਲਾਂ ਹੀ ਪਰਿਵਾਰ ਸਾਡੇ ਕੋਲੇ ਪਹੁੰਚ ਗਿਆ ਜੀ,
ਤੇ ਹੁਣ ਹਸਪੀਟਲ ਤੋਂ ਰਿਪੋਰਟਾਂ ਵਗੈਰਾ ਦਿਖਾ ਕੇ ਇਹਨਾਂ ਨੂੰ ਦਵਾਈ ਵਗੈਰਾ ਦਵਾ ਕੇ ਉਸ ਤੋਂ ਬਾਅਦ ਪਰਿਵਾਰ ਵੀਰ ਨੂੰ ਲੈ ਕੇ ਜਾਣ ਲਈ ਆਇਆ ਵਾ ਤੇ ਅਸੀਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਕੇ ਅਰਦਾਸ ਕਰਿਓ ਵੀ ਵੀਰ ਦੀ ਸਿਹਤ ਜਾਬੀ ਵਾਸਤੇ ਵੀ ਠੀਕ ਹੋ ਜਾਵੇ ਬਿੰਦਰ ਆਪ ਦੀ ਜ਼ਿੰਦਗੀ ਹੈ ਜਿਹੜੀ ਆਉਣ ਵਾਲੀ ਵਧੀਆ ਤਰੀਕੇ ਨਾਲ ਜਿਉਂ ਸਕੇ ਤੇ ਸਾਡਾ ਜਿਹੜਾ ਲਿਆ ਹੋਇਆ ਸੁਪਨਾ ਸਾਡੇ ਛੋਟੇ ਵੀਰ ਵੀਰਿੰਦਰ ਗਰੇਵਾਲ ਨਾਲ ਰਲ ਕੇ ਉਹ ਏਦਾਂ ਹੀ ਸਰਕਾਰ ਹੁੰਦਾ ਰਹੇ ਪਰਿਵਾਰਾਂ ਦੇ ਵਿੱਚ ਜਿਹੜੇ ਲਵਾਰੇ ਸੜਕਾਂ ਤੇ ਫਿਰਦੇ ਆ ਪਤਾ ਨੀ ਕਿੰਨੇ ਟਾਈਮ ਤੋਂ ਉਹ ਆਪਦੇ ਪਰਿਵਾਰਾਂ 'ਚ ਪਹੁੰਚ ਸਕਣ ਇਹ ਵੀ ਵੀਰ ਦੱਸਦੇ ਤਕਰੀਬਨ ਸਾਲ ਤੋਂ ਇਹ ਵੀਰ ਘਰੋਂ ਦੁਬਾਰਾ ਘੁੰਮਿਆ ਹੋਇਆ ਸੀਗਾ ਤੇ ਸਾਲ ਬਾਅਦ ਤਕਰੀਬਨ ਮਿਲਿਆ ਇਹਨਾਂ ਨੂੰ ਪਰਿਵਾਰ ਨੂੰ ਤੇ ਏਦਾਂ ਹੀ ਸੱਚੇ ਪਾਤਸ਼ਾਹ ਮਿਹਰ ਕਰਨ ਪਰਿਵਾਰ ਤੇ ਸਾਡਾ ਨੰਬਰ ਜਿਵੇਂ ਸਾਰੇ ਜਾਣਦੇ ਆ ਤੁਸੀਂ 9783300073 ਨੰਬਰ ਆ ਉਹਦੇ ਤੇ ਜਦ ਵੀ ਮਰਜ਼ੀ ਸੰਪਰਕ ਕਰ ਸਕਦੇ ਹੋ ਕੋਈ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਸ਼ੁਕਰੀਆ ਰੱਬ ਤੁਹਾਡਾ ਜਿਹੜਾ ਬੜੋਤਰੀ ਕਰੇ ਧੰਨਵਾਦ ਉਹ ਸੱਚੇ ਪਾਤਸ਼ਾਹ ਦਾ ਜਿਹਨੇ ਸਾਡੇ ਵਰਗੇ ਕਲ ਜੀਵੀਆਂ ਨੂੰ ਇਹ ਸੇਵਾ ਤੇ ਲਾਇਆ ਜਿਹਦੇ ਕਰਕੇ ਪਰਿਵਾਰ ਲੱਭਿਆ ਮਹਾਰਾਜ ਤੁਹਾਡੇ ਤੇ ਕਿਰਪਾ ਕਰੇ ਬਹੁਤ ਜ਼ਿਆਦਾ ਧੰਨਵਾਦ ਮੇਰੀ ਅਰਦਾਸ ਹੋਈ ਹੈ ਥੈਂਕ ਯੂ ਜੀ ਥੈਂਕ ਯੂ ਤੁਹਾਡੀ ਬਦੌਲਤ ਨਹੀਂ ਗੁਰੂ ਮਹਾਰਾਜ ਦੀ ਬਦੌਲਤ ਜੀ ਸੱਚੇ ਪਾਤਸ਼ਾਹ ਨਹੀਂ ਤਾਂ ਅਸੀਂ ਅੱਜ ਤੋਂ 8-9 ਮਹੀਨੇ ਪਹਿਲਾਂ ਕਾ ਸੋਚ ਵੀ ਨਹੀਂ ਸਕਦੇ ਵੀ ਅਸੀਂ ਸੇਵਾ ਕਰਾਂਗੇ ਇਹ ਤਾਂ ਪਿਛਲੇ ਜੂਨ ਦੇ ਮਹੀਨੇ ਤੋਂ ਮਹਾਰਾਜ ਨੇ ਕਿਰਪਾ ਕਰੀ ਹੈ ਬਸ